أعوذ بالله من الشيطان الرجيم بسم الله الرحمن الرحيم حکیم محمد ریاض عبداللہ دعا ہنے تو جناب پدر تو سلام عرض کردہ جی السلام علیکم ورحمۃ اللہ وبرکاتہ دوستو اج دا نسخہ اپنی تیاں بھنوں واسطے بالخصوص میں اج بڑا زبردست ہے انہاں بزرگاں واسطے بھی جنہاں دی 50 تو 60 سال عمر ہونی شروع ہو جاندی ہے چڑیاں پی جاندیاں چہرے تے اے ہتھاں تے بھی چڑیاں پی جاندیاں ਉਹਨਾਂ ਵਾਸਤੇ ਅੱਜ ਮੈਂ ਬਾ ਕਮਾਲ ਅਤੇ ਲਾਜਵਾਬ ਇੱਕ ਨੁਸਖਾ ਲਗਾ ਤੁਹਾਨੂੰ ਮੈਂ ਦੱਸਣ ਇਹ ਨੁਸਖਾ ਸੁਣਨ ਤੋਂ ਪਹਿਲਾਂ ਦੇਖਣ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਨੂੰ ਆਖਰ ਤੱਕ ਤੁਸੀਂ ਲਾਜ਼ਮੀ ਦੇਖਣਾ ਤੁਹਾਨੂੰ ਨੁਸਖਾ ਦੱਸਣ ਲੱਗਿਆਂ ਜਿਹੜਾ ਝੁਰੀਆਂ ਪੈ ਜਾਂਦੀਆਂ ਇਹ ਤੁਸੀਂ ਘਰ ਹੀ ਤਿਆਰ ਕਰ ਲੈਣਾ ਤੁਸੀਂ ਕਰਨਾ ਵੀ ਘਰ ਹੀ ਤਿਆਰ ਇਸ ਬੰਦੇ ਨੂੰ ਝੁਰੀਆਂ ਪੈ ਗਈਆਂ ਬੀਬੀਆਂ ਨੂੰ ਔਰਤਾਂ ਨੂੰ ਮਰਦਾਂ ਨੂੰ ਉਹਨਾਂ ਵਾਸਤੇ ਖਾਸ ਲਖਾਸ ਇਹ ਅੱਜ ਮੈਂ ਨੁਸਖਾ ਅਰਜ਼ ਕਰਨ ਲੱਗਾ ਲੇਕਿਨ ਨੁਸਖਾ ਸੁਣਨ ਤੋਂ ਪਹਿਲਾਂ ਨੁਸਖਾ ਬਣਾਉਣ ਤੋਂ ਪਹਿਲਾਂ ਇੱਕ ਮੇਰੀ ਗੱਲ ਯਾਦ ਰੱਖਣੀ ਹੈ ਵੁਜ਼ੂ ਕਰਕੇ ਮੁਕੰਮਲ ਤੌਰ 'ਤੇ ਵੁਜ਼ੂ ਕਰਨਾ ਸਮਝ ਲਓ ਤੁਸੀਂ ਨਮਾਜ਼ ਲੱਗੇ ਪੜ੍ਹ 1100 ਵਾਰੀ ਦਰੂਦ ਇਬਰਾਹੀਮੀ ਪੜ੍ਹਨਾ ਤੁਸਾਂ ਇਹ ਲਾਜ਼ਮੀ ਹੈ ਦਰੂਦ ਇਬਰਾਹੀਮੀ ਪੜ੍ਹ ਕੇ ਫਿਰ ਤੁਸਾਂ ਤੇਲ ਲੈਣੇ ਨੇ ਜੈਤੂਨ ਦਾ ਤੇਲ ਅਤੇ ਮਿੱਠਾ ਤੇਲ ਤਿਲਾਂ ਦਾ ਤੂੰ ਤੇਲਾਂ ਨੂੰ ਅੱਧੋ ਅੱਧ ਯਾਨੀ ਕਿ ਅੱਧਾ ਉਹ ਹੋਵੇ ਅੱਧਾ ਇਹ ਹੋਵੇ ਅੱਲਾਹ ਪਾਕ ਫਰਮਾਉਂਦੇ ਨੇ ਕੁਰਾਨ ਮਜੀਦ ਵਿੱਚ ਵਤੀਨ ਵਤ ਜ਼ੈਤੂਨ ਵਤੂਰ ਸੀਨੀਨ ਵ ਹਾਜ਼ਲ ਬਾਲਾ ਦਿਲ ਅਮੀਨ ਅੱਲਾਹ ਰੱਬੁਲ ਆਲਮੀਨ ਜੈਤੂਨ ਦੀ ਮੈਂ ਕਸਮ ਚੁੱਕਣਾ ਅਤੇ ਜੈਤੂਨ ਦੇ ਤੇਲ ਦੀ ਇਹ ਅਫਾਦੀਅਤ ਹੈ ਉਹ ਤੁਹਾਨੂੰ ਝੁਰੀਆਂ ਨਹੀਂ ਪੈਣ ਦੇਣ ਲੱਗਾ ਪੂਰੇ ਚਿਹਰੇ 'ਤੇ ਅਤੇ ਹੱਥਾਂ 'ਤੇ ਰੋਜ਼ ਇਹ ਤੇਲ ਤੁਸਾਂ ਲਾਉਣਾ ਇਸ ਤਰ੍ਹਾਂ ਕਰਕੇ ਲਾ ਲਿਆ ਤੇਲ ਇਸ ਤਰ੍ਹਾਂ ਕਰਕੇ ਚਿਹਰੇ 'ਤੇ ਲਾਉਣਾ ਇਹ ਚਿਹਰਾ ਤੁਹਾਡਾ ਫਿਸ਼ਲ ਹੋ ਜਾਏਗਾ ਇਹ ਜਿਹੜੇ ਜਾਂਦੇ ਜੀ ਨਾਈ ਕੋਲ ਹੈ ਜੀ ਅਸੀਂ ਫਿਸ਼ਲ ਲੱਗੇ ਹਾਂ ਕਰਾਉਣ ਚਿਹਰੇ 'ਤੇ ਰੁਪਈਆ ਤੁਸੀਂ 1200-1500 ਉੱਥੇ ਦੇਣਾ ਅਤੇ ਫਿਸ਼ਲ ਕਰਾਉਣਾ ਆਪਣੇ ਚਿਹਰੇ ਨੂੰ ਇਸ ਤੋਂ ਤੁਸੀਂ ਬਚੋ ਇਹ ਤੁਹਾਨੂੰ ਝੁਰੀਆਂ ਪੈ ਗਈਆਂ ਅਤੇ ਮੈਨੂੰ ਨੀਵੀਂ ਜਗ੍ਹਾ 'ਤੇ ਤੁਸੀਂ ਸੰਭਾਲ ਲੈਣਾ ਲੇਕਿਨ ਦਰੂਦ ਸ਼ਰੀਫ ਦਾ ਜ਼ਿਕਰ ਪਹਿਲਾਂ ਕਰਨਾ 1100 ਵਾਰੀ ਅਤੇ ਇਹ ਜਨਾਬ ਇਹ ਹੱਥਾਂ 'ਤੇ ਇਹ ਵੇਖ ਲਓ ਮੇਰੀ 65-70 ਸਾਲ ਉਮਰ ਹੋਣ ਲੱਗੀ ਜੀ ਅੱਲਾਹ ਦੇ ਹੁਕਮ ਦੇ ਨਾਲ ਕਿਸੇ ਪਾਸੇ ਤੁਹਾਨੂੰ ਮੈਨੂੰ ਝੁਰੀ ਨਹੀਂ ਪਈ ਨਜ਼ਰ ਨਹੀਂ ਆਉਣ ਲੱਗੀ ਕਿਉਂ ਇਹ ਤੇਲ ਦਾ ਇਸਤੇਮਾਲ ਜੇ ਤੁਸੀਂ ਮੁੜ ਮੁੰਡੂ ਜਵਾਨ ਤੁਹਾਨੂੰ ਝੁਰੀਆਂ ਨਹੀਂ ਪੈਣ ਲੱਗੀਆਂ ਤੁਹਾਡਾ ਚਿਹਰਾ ਇਸ ਤਰ੍ਹਾਂ ਚਮਕੇਗਾ ਜਿਉਂ ਲਾਟਾਂ ਪਿਆ ਮਾਰਦਾ ਜੇ 14ਵੀਂ ਦਾ ਚੰਨ ਨਿਕਲਿਆ ਅੱਜ ਦਾ ਨੁਸਖਾ ਅਤੇ ਇਹ ਮੈਂ ਤੁਹਾਨੂੰ ਅਰਜ਼ ਕੀਤੀ ਹੈ ਬਿਲਖਸੂਸ ਇਸ ਵਾਸਤੇ ਇਹ ਦੱਸਿਆ ਕਿ ਆਪਣੀਆਂ ਭੈਣਾਂ ਨੂੰ ਧੀਆਂ ਅਤੇ ਇਹ ਇਸਤੇਮਾਲ ਕੀਤਾ ਜਾਏ ਇਹ ਤਾਂ ਨੁਸਖਾ ਅੱਜ ਦਾ ਤੁਹਾਨੂੰ ਮੈਂ ਗੋਸ਼ਗੁਆਰ ਕੀਤਾ ਤੁਹਾਡੀ ਅੱਗੇ ਠੀਕ ਹੈ ਜੀ ਹਕੀਮ ਮੁਹੰਮਦ ਰਿਆਜ਼ ਅਬਦੁੱਲਾ ਦੁਆ ਨੇ ਭੱਦਰ ਤੋਂ ਖੁਦਾ ਹਾਫਿਜ਼ ਕਹਿੰਦਾ ਅਸਲਾਮ ਅਲੈਕੁਮ ਵਰਹਮਤੁਲਲਾਹ ਵਬਰਕਾਤ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ